ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਭ ਤੋਂ ਪਹਿਲਾਂ ਮੈਂ ਪਰਮਾਤਮਾ ਦਾ ਧੰਨਵਾਦ ਕਰਦਾ, ਉਸ ਤੋਂ ਬਾਅਦ ਮੈਂ ਪਾਰਟੀ ਦੇ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ, ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਔਰ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ, ਨੌਜਵਾਨ ਦਿਲਾਂ ਦੀ ਧੜਕੜ ਮਾਝੇ ਦੇ ਜਰਨੈਲ ਸਾਹਿਬ ਸਰਦਾਰ ਬਿਕਰਮ ਸਿੰਘ ਮਜੀਠੀਆ ਦਾ ਅਤੇ ਸਮੁੱਚੀ ਹਾਈ ਕਮਾਂਡ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ, ਜਿਨ੍ਹਾਂ ਨੇ ਇੱਕ ਨਿਮਾਣੇ ਜਿਹੇ ਇਨਸਾਨ ਨੂੰ ਪਟਿਆਲੇ ਸ਼ਹਿਰ ਦੀ ਜਿਹੜੀ ਜਥੇਦਾਰੀ ਸੌਂਪੀ ਹੈ। ਮੈਂ ਸਮਝਦਾ ਅੱਜ ਮੇਰੇ ਅਤੇ ਮੇਰੇ ਪਰਿਵਾਰ 'ਤੇ ਜਿੱਥੇ ਪਾਰਟੀ ਨੇ ਬਹੁਤ ਵੱਡਾ ਮਾਣ ਬਖਸ਼ਿਆ, ਉੱਥੇ ਹੀ ਸਾਰੀ ਲੀਡਰਸ਼ਿਪ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ, ਜਿਨ੍ਹਾਂ ਨੇ ਮੈਨੂੰ ਇਹ ਜ਼ਿੰਮੇਵਾਰੀ ਸੌਂਪ ਕੇ ਮੇਰੇ ਮੋਢਿਆਂ 'ਤੇ ਜਿੱਥੇ ਮੈਨੂੰ ਮਾਣ ਬਖਸ਼ਿਆ, ਉੱਥੇ ਮੈਂ ਸਮਝਦਾ ਮੈਨੂੰ ਆਪਦੀ ਜ਼ਿੰਮੇਵਾਰੀ ਦਾ ਵੀ ਪੂਰਾ ਅਹਿਸਾਸ ਹੈ। ਜੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ, ਜੋ ਸ਼੍ਰੋਮਣੀ ਅਕਾਲੀ ਦਲ ਦੀਆਂ ਪੋਲਿਸੀਜ਼ ਨੇ, ਸੇਵਾ ਦੀਆਂ ਜਿਹੜੀਆਂ ਨੀਤੀਆਂ ਨੇ, ਉਹ ਪੰਜਾਬ 'ਚ ਔਰ ਖਾਸ ਕਰਕੇ ਪਟਿਆਲਾ ਸ਼ਹਿਰ 'ਚ ਲਾਗੂ ਕਰਨਾ, ਲੋਕਾਂ ਨੂੰ ਦੱਸਣਾ, ਉਹਨਾਂ ਨੂੰ ਸਾਰੀਆਂ ਸੇਵਾਵਾਂ ਜੋ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰ ਨੇ ਪਿਛਲੇ 10 ਸਾਲ ਦਿੱਤੀਆਂ, ਉਹ ਸਾਰੀਆਂ ਲੋਕਾਂ ਤੱਕ ਪਹੁੰਚਾਉਣੀਆਂ, ਇਹ ਸਾਰਾ ਮੇਰਾ ਫਰਜ਼ ਹੈ। ਔਰ ਜਿੱਥੇ ਕੁਝ ਦਿਨ ਪਹਿਲਾਂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਸਰਪ੍ਰਸਤ ਸਾਹਿਬ ਨੇ ਔਰ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੇ, ਪ੍ਰਧਾਨ ਸਾਹਿਬ ਨੇ ਜ਼ਿਲ੍ਹੇ ਦੀ ਦਿਹਾਤੀ ਦੀ ਜਥੇਦਾਰੀ ਸਰਦਾਰ ਸੁਰਜੀਤ ਸਿੰਘ ਜੀ ਰੱਖੜਾ ਸਾਹਿਬ ਨੂੰ ਸੌਂਪੀ ਹੈ, ਉਹ ਸਾਰਾ ਅਸੀਂ ਰਲ ਮਿਲ ਕੇ ਪਟਿਆਲੇ ਜ਼ਿਲ੍ਹੇ ਨੂੰ ਉੱਤੇ ਚੱਕਣ ਦੀ ਕੋਸ਼ਿਸ਼ ਕਰਾਂਗੇ। ਔਰ ਇਸ ਗੱਲ ਦਾ ਵਿਸ਼ਵਾਸ ਵੀ ਦਿਵਾਉਂਦੇ ਹਾਂ ਪਾਰਟੀ ਨੂੰ, ਜਿਹੜਾ ਅੱਜ ਪਟਿਆਲੇ ਸ਼ਹਿਰ ਦੀ ਵੀ ਲੀਡਰਸ਼ਿਪ ਨੇ ਦਾਸ ਦੇ ਮੋਢਿਆਂ 'ਤੇ ਇੱਕ ਬਹੁਤ ਵੱਡਾ, ਮੈਂ ਕਹਿੰਦਾ ਸਮਝਦਾ ਮੈਂ ਅਹਿਸਾਨ ਕੀਤਾ ਮੇਰੇ 'ਤੇ ਪਾਰਟੀ ਲੀਡਰਸ਼ਿਪ ਨੇ। ਅੱਜ ਉਹ ਸਾਰੀ ਗੱਲ ਨੂੰ ਹੀ ਦੇਖਦੇ ਹੋਏ ਅਸੀਂ ਇਲੈਕਸ਼ਨਾਂ ਜਿਹੜੀਆਂ ਕੌਂਸਲ ਦੀਆਂ ਆ ਰਹੀਆਂ ਨੇ ਔਰ ਜਿਹੜੀ ਐਮ ਪੀ ਦੀਆਂ ਚੋਣਾਂ, ਉਹਦੇ 'ਤੇ ਇੱਕ ਬਹੁਤ ਵਧੀਆ ਰਿਜ਼ਲਟ ਦੇਣ ਦਾ ਮੈਂ ਜਿੱਥੇ ਵਿਸ਼ਵਾਸ ਵੀ ਦਿਵਾਉਂਦਾ ਪਾਰਟੀ ਨੂੰ, ਉੱਥੇ ਮੈਂ ਦਿਨ ਰਾਤ ਤਨਦੇਹੀ ਨਾਲ ਮਿਹਨਤ ਕਰਕੇ ਪਾਰਟੀ ਨੂੰ ਉੱਤੇ ਚੱਕਣ ਦੀ ਪੂਰੀ ਕੋਸ਼ਿਸ਼ ਕਰਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। आप हमारे चैनल को सब्सक्राइब करें, लाइक करें और शेयर करें और कमेंट जरूर करें।